ਕੇ ਯਾਰ ਡੰਡਾ ਛੁਡਾ ਪਹਿਲਾਂ ਤੁਸੀਂ ਪ੍ਰੂਫ ਕਰੋ ਕਿ ਗਲਤੀ ਹੈਗੀ ਹੈ, ਫਿਰ ਤੁਸੀਂ ਚੁੱਪ ਕਰਕੇ ਲੈ ਕੇ ਜਾਓ, ਐਵੇਂ ਮਾਰਨਾ ਕੁੱਟਣਾ ਨਹੀਂ ਹੈਗਾ। ਉਹ ਵੀਰੇ ਮੈਨੂੰ ਵੀ ਤੁਹਾਨੂੰ ਹੁਣ ਠੀਕ ਹੈ ਨਾ, ਪਲੈਨ ਤੁਸੀਂ ਪਹਿਲੇ ਥਾਣੇਦਾਰ ਲੱਗੇ ਹੋਏ ਹੋ, ਗੱਲ ਕੀ ਹੈ ਪਹਿਲਾਂ ਗੱਲ ਸੋਲਾਂ ਕੀ ਹੈ ਮੇਰੇ ਡੰਡਾ ਤੁਸੀਂ ਮਾਰਿਆ ਤਾਂ ਹੀ ਉਹਨਾਂ ਨੇ ਡੰਡਾ ਫੜਿਆ ਨਾ, ਲੈ ਕੇ ਆਓ ਜਾ ਕੇ। ਕੋਈ ਗੱਲ ਨੀ, ਮੈਂ ਵੀ ਕਰਾਉਣਾ ਫੋਨ, ਮੈਂ ਹੁਣੇ ਕਰਾ ਦਿੰਦਾ ਫੋਨ ਤੁਹਾਨੂੰ ਐਸਐਸਪੀ ਸਾਹਿਬ ਦੇ ਉੱਥੋਂ। ਚਲੋ ਤੁਹਾਨੂੰ ਕੋਈ ਸਬੂਤ ਮਿਲਿਆ ਮੇਰੇ ਖਿਲਾਫ਼? ਪਹਿਲੇ ਗੱਲ ਦਾ ਜਵਾਬ ਦਿਓ, ਪਹਿਲਾਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਤੁਹਾਨੂੰ ਸਬੂਤ ਮਿਲਿਆ ਮੇਰੇ ਖਿਲਾਫ਼ ਕੋਈ? ਪੁਲਿਸ ਨੇ ਆਰਾਮ ਨਾਲ ਗੱਲ ਕੀਤੀ ਆ ਕੇ ਕੁਛ ਪੁੱਛਿਆ, ਮੈਨੂੰ ਪਤਾ ਸੀਗਾ ਵੀ ਕੰਮ ਕਰਨਾ ਉਧਰ, ਕਿਉਂਕਿ 4 ਪੈਸੇ ਚੜਾਏ ਹੋਣੇ ਅਗਲੇ ਨੇ, ਮੈਨੂੰ ਪਤਾ ਨਾ ਉਹਦਾ, ਮੈਨੂੰ ਪਤਾ ਮੈਂ ਵੀ ਦੁਨੀਆਂ ਚ ਰਹਿਣਾ, ਉਹ ਮੈਂ ਚੰਗੀ ਤਰ੍ਹਾਂ ਜਾਣਦਾ ਤੁਹਾਨੂੰ, ਚੰਗੀ ਤਰ੍ਹਾਂ ਜਾਣਦਾ ਪਛਾਣੇ ਸਾਰੇ ਪੁਲਿਸ ਵਾਲੇ, ਚੰਗੀ ਤਰ੍ਹਾਂ ਜਾਣਦਾ ਸਾਰਿਆਂ ਨੂੰ, ਮੈਂ ਸਭ ਨੂੰ ਜਾਣਦਾ ਚੰਗੀ ਤਰ੍ਹਾਂ। ਤੈਨੂੰ ਮਹੀਨਾ ਹੋ ਗਿਆ ਫੋਨ ਕਰੇ? ਅੱਛਾ ਜੀ, ਠੀਕ ਹੈ, ਤੂੰ ਫੋਨ ਵੀ ਚੱਕਦੇ ਹਾਂ? ਮੈਂ ਫੋਨ ਚੱਕਣ ਲੱਗਾ, ਤੁਸੀਂ ਕਰਿਆ ਇੱਕ ਵਾਰ ਫੋਨ ਸੀਗਾ ਮੈਨੂੰ, ਕਰਾਇਆ ਤੁਹਾਨੂੰ, ਤੁਹਾਨੂੰ ਸਾਰੀ ਗੱਲ ਬਾਤ ਦੱਸੀ ਮੈਨੇ, ਵੀ ਮੇਰੇ ਖਿਲਾਫ਼ ਪ੍ਰੂਫ ਲੈ ਕੇ ਆਓ ਜੀ, ਮੈਨੂੰ ਲੈ ਕੇ ਜਾਓ, ਗੱਲ ਖਤਮ ਹੈਗੀ, ਅਸੀਂ ਲੈਣਾ ਜੀ, ਜਦ ਲੈਣਾ ਤੂੰ ਉੱਪਰ ਦੀ ਕਦੋਂ ਭੱਜ ਗਿਆ ਹੈ? ਜਦ ਲੈਣਾ ਤੂੰ ਉੱਪਰ ਦੀ ਗੱਲ ਦਾ ਜਵਾਬ ਦਿਓ ਤੁਸੀਂ, ਤੁਹਾਡੇ ਕੋਲ ਕੋਈ ਅਰੈਸਟ ਵਾਰੰਟ ਹੈਗਾ, ਸਰਚ ਵਾਰੰਟ ਹੈਗਾ ਤੁਹਾਡੇ ਕੋਲ ਇਸ ਟਾਈਮ? ਨਹੀਂ, ਜਦੋਂ ਤੁਸੀਂ ਉੱਧਰ ਭੱਜ ਗਿਆ ਤੂੰ ਕਿਉਂ ਭੱਜ ਗਿਆ ਉੱਪਰ ਦੀ ਦੱਸੀ? ਅੱਛਾ, ਇਹ ਸੱਚ, ਉਹ ਕਮਰਾ ਮੇਰਾ, ਇਹ ਕਮਰਾ ਕਿਹਦਾ? ਤੁਸੀਂ ਹੁਣ ਜਿਹੜਾ ਕਾਗਜ਼ ਗੱਡੀ ਚਲਾਉਂਦਾ ਬੰਦਾ, ਉਹਦੇ ਕਾਗਜ਼ ਪੱਤਰ ਤੁਸੀਂ ਮੰਗਦੇ ਹੋ ਨੀ ਮੰਗਦੇ? ਜਿਹਦੇ ਨਹੀਂ ਹੋਣ ਉਹਦਾ ਤਾਂ ਕੀ ਕਰਦੇ ਹੋ? ਤੈਨੂੰ ਆ ਕੇ ਕੁਛ ਕਿਹਾ? ਮੈਂ ਲੈ ਕੇ ਜਾਵਾਂ, ਤੁਸੀਂ ਮੈਂ ਚੱਲਾਂਗਾ ਨਾਲ,
ਪਹਿਲਾਂ ਲੈ ਕੇ ਆਓ ਤੁਸੀਂ ਅਰੈਸਟ ਕਰਨਾ ਹੈ ਮਤਲਬ ਅਰੈਸਟ ਕਰ ਰਹੇ ਹੋ ਪਰ ਮੇਰੇ ਖਿਲਾਫ ਕੋਈ ਸਬੂਤ ਮੈਨੂੰ ਪਤਾ ਹੈ ਨਹੀਂ ਨਾ ਮੈਨੂੰ ਕੋਈ ਅਰੈਸਟ ਕਰ ਤੁਸੀਂ ਤਾਂ ਗੁਲਾਮ ਸਾਹਿਬ ਦੇ ਕਰਦੇ ਨੇ ਉਹਨੂੰ ਤਨੇ ਗਏ ਜੇ ਸਾਡੇ ਮੇਰੇ ਖਿਲਾਫ ਨਹੀਂ ਜਾ ਰਹੇ ਵਰਦੀ ਫੜੇ ਦੇਖੋ ਜੋ ਤੁਸੀਂ ਪਾਇਆ ਬੰਦੇ ਨੂੰ ਖਿੱਚਣੇ ਲੱਗ ਗਏ ਬੰਦਾ ਕੁਛ ਤਾਂ ਕਰੂਗਾ ਹੀ ਦੇਖੋ ਤੁਸੀਂ ਗੁਲਾਮ ਸਾਹਿਬ ਦਾ ਡੰਡਾ ਤੁਹਾਡੇ ਕੋਲ ਹੈ ਡੰਡਾ ਤੁਸੀਂ ਮਾਰ ਰਹੇ ਹੋ ਸਮਾਨ ਸਾਡਾ ਪਰ ਤੁਸੀਂ ਭੰਨਣ ਲੱਗ ਗਏ ਗਲਾਸ ਤੁਸੀਂ ਸਮਾਨ ਹੈ ਭੰਨਿਆਗਾ ਕਿਹਨੇ ਮਾਰੇ ਉਹ ਗਲਾਸ ਨੂੰ ਇਹਦੇ ਭੰਨਿਆ ਇਹਦੇ ਨਾਲ ਮਾਰਾ ਮਾਰ ਡੰਡਾ ਕਿਹਨੇ ਭੰਨਿਆ ਉਹ ਡੰਡਾ ਤੁਹਾਡੇ ਕੋਲ ਤਾਂ ਡੰਡਾ ਤੁਹਾਡੇ ਨੇ ਮਾਰਿਆਗਾ ਅੱਛਾ ਮੈਂ ਤੁਹਾਡਾ ਡੰਡਾ ਫੋੜੇ ਉਹ ਵਾਹ ਜੀ ਵਾਹ ਏਦਾਂ ਨਹੀਂ ਜਨਾਬ ਹੁੰਦਾ ਨਾ ਵਰਦੀ ਦਾ ਨਿਆਇ ਫਾਇਦਾ ਤੁਸੀਂ ਕਹਿੰਦੇ ਹੋ ਠੀਕ ਆ ਅਸੀਂ ਕਹਿੰਦੇ ਦੰਗਿਆ ਹੈ ਜਦੋਂ ਤੁਸੀਂ ਨਹੀਂ ਗੱਲ ਹੁੰਦੀ ਮੇਰੀ ਗੱਲ ਹੁੰਦੀ ਹੈ ਕਾਗਜ਼ੀ ਕਾਰਵਾਈ ਨਾਲ ਫਿਰ ਤੁਸੀਂ ਕੋਈ ਕਾਗਜ਼ੀ ਕਾਰਵਾਈ ਪੂਰੀ ਕਰਕੇ ਲੈ ਕੇ ਆਓ ਨਾ ਜੇ ਤੁਹਾਨੂੰ ਲੱਗਦਾ ਮੈਂ ਗੁਨੇਗਾਰ ਹਾਂ ਕਾਗਜ਼ੀ ਪੂਰੀ ਆ ਤੇਰੇ ਕੋਲ ਲੈ ਕੇ ਆਓ ਦਿਖਾਓ ਲੈ ਦਿਖਾਓ ਦਿਖਾਓ ਕਿੱਥੇ ਦਿਖਾਓ ਜਨਾਬ ਲੈ ਦਿਖਾਓ ਕਿੱਥੇ ਦੱਸ ਕੀ ਦਿਖਾਈਏ ਬਾਰਿਸ਼ ਤੇ ਮਰਨਾ ਦਿਖਾਓ ਕੀ ਪ੍ਰੂਫ ਹੈ ਤੁਹਾਡੇ ਕੋਲੇ ਉਹ ਦਿਖਾ ਦਿਓ ਸੱਚੇ ਵਾਰੰਟ ਹੁੰਦਾ ਅਰੈਸਟ ਕੀ ਪ੍ਰੂਫ ਹੈ ਇਹਨਾਂ ਨੇ ਕੀ ਕੀਤਾ ਹੈ ਮੈਂ ਬਸ ਤੁਹਾਨੂੰ ਸ਼ਾਇਦ ਦੇ ਦੇਵਾਂਗੇ ਸ਼ਾਇਦ ਨਹੀਂ ਦੇ ਰਹੇ ਸ਼ਾਇਦ ਦੇ ਰਹੇ ਮੈਨੂੰ ਪਤਾ ਹੈ ਜਿਹੜੀ ਸਹੀ ਗੱਲ ਕਰ ਰਿਹਾ ਸਾਹਮਣੇ ਘਰੇ ਬੈਠੇ ਹੈ ਕਿਤੇ ਨਹੀਂ ਜਾਂਦੇਗਾ ਘਰੇ ਬੈਠੇ ਸਾਰਾ ਦਿਨ ਕੀ ਪੁਜਾਣਾ ਹੈ ਮੈਂ ਪਰਦੇ ਨੂੰ ਬਾਤਾਂ ਨੂੰ ਬੁਲਾਓ ਮੈਂ ਉਹਨੂੰ ਘਰੇ ਆ ਕੇ ਗਿਆ ਵੀ ਇਹਨੂੰ ਪੇਸ਼ ਕਰੋ ਭਾਈ ਤੁਸੀਂ ਨੰਬਰ ਗਲਤ ਦੇ ਗਏ ਨਹੀਂ ਮੈਂ ਤੁਹਾਨੂੰ ਕਹਿ ਰਿਹਾ ਵੀ ਮੈਂ ਫੋਨ ਕਰ ਰਿਹਾ ਨੰਬਰ ਤੁਸੀਂ ਗਲਤ ਦੇ ਰਹੇ ਹੋ ਬਾਬਾ ਠਾਣਾ ਕਰੀ ਗੱਲ ਤਾਂ ਉੱਥੇ ਲੈ ਕੇ ਆਉਂਦੇ ਨੂੰ ਦੋ ਚਾਰ ਦਿਨਾਂ ਬਾਅਦ ਕਿਉਂ ਨੀ ਆਏ ਤੁਸੀਂ ਪੂਰਾ ਮਹੀਨੇ ਬਾਅਦ ਕਿਉਂ ਆਏ ਕਾਣੋ ਮੇਰੀ ਗੱਲ ਸੁਣ ਉਹ ਯਾਰ ਤੇਜੀਆਂ ਦੇ ਹੱਕ ਨਾਲ ਰਲ ਕੇ ਪੈਸੇ ਖਵਾਏ ਨੇ ਠੀਕ ਆ ਫੇਰ ਇਹ ਆਏ ਨੇ ਸਾਰਾ ਪਤਾ ਮੈਨੂੰ ਮੈਂ ਕੀ ਜਾਣਦਾ ਨਹੀਂ ਹੈਗਾ ਖੋਦੇ ਨਹੀਂ ਆਏ ਜੇ ਪੈਸੇ ਤੇ ਠੀਕ ਆ ਸਾਨੂੰ ਸਭ ਇਹ ਜੀ ਇਹ ਸਹੀ ਗੋਵਿੰਦਰ ਸਿੰਘ ਕੋਲ ਦਰਖਾਸਤ ਦਿੱਤੀ ਕੁਲਵਿੰਦਰ ਸਿੰਘ ਖੇੜੀ ਮੁਸਲਮਾਨੀਆਂ ਨੇ ਵੀ ਉਹਨੇ ਮੇਰੀ ਵਰਕਸ਼ਾਪ ਦੇ ਵਿੱਚ ਜਿਹੜਾ ਇਹ ਹੈ ਮੁੰਡਾ ਰਾਜਵੀਰ ਸਿੰਘ ਔਰ ਫਰੀਕੂ ਵੀ ਇਹਨੇ ਮੇਰੀ ਵਰਕਸ਼ਾਪ ਦੇ ਵਿੱਚ ਲੋਹੇ ਦਾ ਸਮਾਨ ਚੋਰੀ ਕੀਤਾ ਉਹਦੀ ਪੜਤਾਲ ਦੇ ਵਿੱਚ ਇਹ ਸੀ ਗੋਵਿੰਦਰ ਸਿੰਘ ਅਤੇ ਹੌਲਦਾਰ ਰਮੇਸ਼ ਸਿੰਘ ਪਰਵਾਨਾ ਨੋਟ ਕਰਾਉਣ ਗਏ ਸੀ ਵੀ ਉਹਦੀ ਪੜਤਾਲ ਕੀਤੀ ਜਾ ਸਕੇ ਇਹਦੇ ਸੰਬੰਧ 'ਚ ਜਦੋਂ ਇਹ ਗਏ ਜੀ ਇਹ ਰਾਜਵੀਰ ਸਿੰਘ ਅਤੇ ਰਿੰਕੂ ਇਹਦਾ ਗੁਆਂਢੀ ਜਿਹੜਾ ਜੀ ਇਹ ਮੇਨ ਗੇਟ 'ਤੇ ਮਿਲ ਗਏ ਜੀ ਜਦੋਂ ਇਹਨਾਂ ਨੇ ਪਰਵਾਨਾ ਨੋਟ ਕਰਨ ਬਾਰੇ ਕਿਹਾ ਵੀ ਇਹ ਪਰਵਾਨਾ ਨੋਟ ਕਰੋ ਵੀ ਤੁਹਾਡੇ ਖਿਲਾਫ਼ ਕੰਪਲੇਂਟ ਆਈ ਹੈ ਤਾਂ ਇਹਨਾਂ ਨੇ ਮੁਲਾਜ਼ਮਾਂ ਦੇ ਨਾਲ ਬਹਿਸਬਾਜ਼ੀ ਸ਼ੁਰੂ ਕਰਤੀ ਤਾਂ ਜਿਹੜਾ ਮੁਲਾਜ਼ਮ ਦੇ ਹੱਥ 'ਚ ਵਿੱਚ ਡੰਡਾ ਫੜਿਆ ਸੀ ਉਹ ਡੰਡਾ ਖੋਲਿਆ ਅਤੇ ਡਿਊਟੀ ਦੇ ਵਿੱਚ ਵਿਘਨ ਪਾਇਆ ਇਸ ਕਰਕੇ ਇਹਨਾਂ ਦੇ ਖਿਲਾਫ਼ ਜੀ ਮੁਕੱਦਮਾ 128 ਨੰਬਰ ਮੁਕੱਦਮਾ ਦਰਜ ਰਜਿਸਟਰ ਕੀਤਾ ਜੀ ਬਾਕੀ ਤਫਤੀਸ਼ ਚੱਲ ਰਹੀ ਹੈ ਕਿਹੜੀ ਕਿਹੜੀ ਧਾਰਾ ਬਣਾਈ ਗਈ ਇਹ 132 221 VNS ਪਈ ਹੈ ਸਰ ਉਹ ਬਾਰ-ਬਾਰ ਕਿਸੇ ਉਹਦੀ ਗੱਲ ਕਰ ਰਹੀ ਸਰਚ ਵਾਰੰਟ ਕੋਈ ਸਰਚ ਕਰਨ ਗਏ ਸੀ ਕਿ ਮੁਲਾਜ਼ਮ ਨਹੀਂ ਜੀ ਉਹ ਪਰਵਾਨਾ ਨੋਟ ਕਰਾਉਣ ਗਏ ਸੀ ਜੀ ਇਹ ਅੱਗੋਂ ਕਹਿ ਰਹੇ ਸੀ ਵੀ ਤੁਸੀਂ ਸਰਚ ਵਾਰੰਟ ਦਿਓ ਸਾਨੂੰ ਵੀ ਤੁਹਾਡੇ ਕੋਲ ਵਾਰੰਟ ਹੈਗਾ ਕੋਈ ਕਿਉਂ ਘਰ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਸੀ ਮੁਲਾਜ਼ਮ ਨਹੀਂ ਜੀ ਉਹ ਗੇਟ 'ਤੇ ਹੀ ਮਿਲ ਗਏ ਸੀ ਜੀ ਅੰਦਰ ਤਾਂ ਜਾਣ ਦੀ ਕੋਈ ਹੈ ਨਹੀਂ ਸੀ ਜੀ ਗੇਟ 'ਤੇ ਮੇਨ ਮੇਨ ਗੇਟ 'ਤੇ ਮਿਲ ਗਏ ਹਾਂਜੀ ਹੈ ਵੀਡੀਓ ਦੇ ਵਿੱਚ ਇਲਜ਼ਾਮ ਲਗਾ ਰਹੇ ਹੋ ਕਹਿੰਦਾ ਤੁਸੀਂ ਸਾਡੇ ਮਾਰਿਆ ਸੀ ਤਾਂ ਡੰਡਾ ਫੜਿਆ ਇਹ 'ਚ ਕਿੰਨੀ ਸੱਚਾਈ ਹੈ ਨਹੀਂ ਜੀ ਡੰਡਾ ਤਾਂ ਕੋਈ ਨਹੀਂ ਇਹਦੇ ਵਿੱਚ ਤਾਂ ਅਜੇ ਤੱਕ ਤਾਂ ਕੋਈ ਇਹ ਗੱਲ ਸਾਹਮਣੇ ਨਹੀਂ ਆਈ ਡੰਡੇ ਵਾਲੀ ਡੰਡੇ ਖੋਣ ਬਾਰੇ ਆ ਪਿਆ ਇਹਨਾਂ ਨੇ ਮੰਨਿਆ ਵੀ ਹਾਂ ਇਹ ਡੰਡਾ ਖੋ ਲਿਆ ਸੀ ਇਹਨਾਂ ਤੋਂ ਵੀਡੀਓ ਦੇ ਵਿੱਚ ਜਦੋਂ ਬੰਦਾ ਕਹਿ ਰਿਹਾ ਕਿ ਜੇ ਤੁਸੀਂ ਕੋਈ ਸਰਚ ਵਾਰੰਟ ਆ ਜਾਂ ਕੁਛ ਹੈ ਤੁਹਾਡੇ ਕੋਲ ਲੈ ਕੇ ਆਇਆ ਸਾਨੂੰ ਪ੍ਰੂਫ ਦਿਖਾਓ ਜੇ ਪਰਵਾਨਾ ਲੈ ਕੇ ਗਏ ਸੀ ਤਾਂ ਫਿਰ ਮੁਲਾਜ਼ਮਾਂ ਨੇ ਦਿਖਾ ਦੇਣਾ ਚਾਹੀਦਾ ਸੀ ਉੱਥੇ
ਨਹੀਂ ਪ੍ਰਵਾਨਾ ਤਾਂ ਉਹਨਾਂ ਨੂੰ ਕਹਿ ਹੀ ਰਹੇ ਸੀ ਨੋਟ ਕਰਾਉਣ ਨੂੰ, ਕਹਿੰਦੇ ਵੀ ਸਰਚ ਵਾਰੰਟ ਦਿਓ ਜੀ ਸਾਨੂੰ, ਆਪਾਂ ਕਿਹੜਾ ਉਹਨੂੰ ਅਰੈਸਟ ਕਰਨ ਗਏ ਹਾਂ ਜੀ, ਉਹ ਤਾਂ ਇੱਕ ਪ੍ਰਵਾਨਾ ਨੋਟ ਕਰਾਉਣ ਗਏ ਸੀ ਜੀ। ਮਾਮਲਾ ਦਰਜ ਹੋ ਚੁੱਕਿਆ ਸੀ ਇਸ ਬੰਦੇ ਦੇ ਉਹਨੂੰ? ਨਹੀਂ ਜੀ, ਮਾਮਲਾ ਅਜੇ ਕੰਪਲੇਂਟ ਸੀ, ਪੜਤਾਲ ਅਧੀਨ ਸੀ ਜੀ। ਅਜੇ ਤਾਂ ਪਹਿਲਾਂ ਚੋਰੀ ਦਾ ਉਹਨਾਂ ਨੇ ਇਲਜ਼ਾਮ ਲਾਇਆ ਸੀ ਜੀ ਸਾਡੀ ਵਰਕਸ਼ਾਪ 'ਚ, ਇਹ ਬੰਦਾ ਚੋਰੀ ਕਰਕੇ ਸਮਾਨ ਭੱਜ ਗਿਆ ਜੀ। ਉੱਥੇ ਪੁਲਿਸ 'ਤੇ ਵੀ ਆਰੋਪ ਲਗਾ ਰਹੇ ਸੀ ਵੀ ਉਸ ਬੰਦੇ ਦੇ ਹੱਕ ਦੇ ਵਿੱਚ ਸਾਡੇ ਕੋਲ ਆਏ ਜੀ, ਸਾਨੂੰ ਤੰਗ ਕਰ ਰਹੇ, ਇਸ 'ਚ ਕਿਹਦੀ ਸੱਚਾਈ? ਨਹੀਂ ਜੀ, ਉਹ ਤਾਂ ਫਿਰ ਕੰਪਲੇਂਟ ਜੋ ਸਾਡੇ ਕੋਈ ਲਿਖਤੀ ਆਏਗੀ ਫਿਰ ਜਲਦੀ ਪੜਤਾਲ ਦੇ ਸੰਬੰਧ 'ਚ ਤਾਂ ਅਸੀਂ ਜਾਵਾਂਗੇ ਜੀ। ਜੇਕਰ ਇਸ ਤਰ੍ਹਾਂ ਪ੍ਰਵਾਨਾ ਨੋਟ ਕਰਾਉਣ ਜਾਂਦੇ ਹਾਂ ਤੇ ਮਤਲਬ ਪਹਿਲਾਂ ਵੀ ਇਸ ਤਰ੍ਹਾਂ ਹੀ ਜਾਂਦੇ ਆ ਪੁਲਿਸ ਵਾਲਾ? ਹਾਂਜੀ ਬਿਲਕੁਲ ਜੀ, ਪਹਿਲਾਂ ਉਹਨਾਂ ਨੇ ਇੱਕ ਦੋ ਵਾਰੀ ਫੋਨ ਵੀ ਕਰਿਆ ਜਸਵਿੰਦਰ ਸਿੰਘ ਨੇ, ਪਰ ਇਹ ਨਹੀਂ ਆਏ, ਫਿਰ ਪ੍ਰਵਾਨਾ ਨੋਟ ਕਰਾਉਣ ਗਏ। ਮਤਲਬ ਹਜੇ ਕੀ ਗੱਲ ਹੋ ਗਈ ਕਿ ਪੁਲਿਸ ਮੁਲਾਜ਼ਮ ਦਾ ਉਹਨਾਂ ਨੇ ਡੰਡਾ ਫੜਨ ਦੀ ਕੋਸ਼ਿਸ਼ ਕੀਤੀ, ਔਰ ਮੁਲਾਜ਼ਮ ਮਤਲਬ ਉਹਦੇ ਗਰਾਮ ਹੱਥ ਵੀ ਪਾਇਆ ਗੁਲਾਮੀ ਤੱਕ ਵੀ ਦੇਖਿਆ ਗਿਆ ਵੀਡੀਓ 'ਚ ਵਾਇਰਲ ਜਿਹੜੀ ਚੀਜ਼ ਹੈ। ਇਹ ਜੀ ਥੋੜ੍ਹਾ ਜਿਹਾ ਕ੍ਰਿਮੀਨਲ ਬੰਦਾ ਜੀ, ਇਹ ਜਿਹੜਾ ਰਾਜਵੀਰ ਆ, ਇਹਦੇ ਪਹਿਲਾਂ ਵੀ ਮੁਕੱਦਮਾ ਦਰਜ ਹੈ ਚੋਰੀ ਦਾ ਜੀ, ਇਸ ਕਰਕੇ ਇਹਨਾਂ ਨੂੰ ਥੋੜ੍ਹਾ ਜਿਹਾ ਹੁੰਦਾ ਜੀ ਵੀ ਜੇਲ੍ਹ ਜੂਲ ਜਾ ਆਉਂਦੇ ਨੇ ਥੋੜ੍ਹਾ ਜਿਹਾ ਉਹ ਕਰਦੇ ਨੇ ਜੀ। ਫਿਰ ਹੁਣ ਇਸ ਮੁਕੱਦਮਾ ਦਰਜ ਕੀਤਾ, ਕੋਈ ਬੰਦੇ ਅਰੈਸਟ ਵੀ ਕੀਤੇ ਇਸ ਵਿੱਚ? ਹਾਂ ਜੀ, ਬੰਦੇ ਦੋਵੇਂ ਅਰੈਸਟ ਨੇ ਜੀ। ਕੌਣ ਕੌਣ? ਇਹ ਰਿੰਕੂ ਤੇ ਆਪਣਾ ਰਾਜਵੀਰ ਸਿੰਘ, ਦੋਵੇਂ ਅਰੈਸਟ ਨੇ। ਪਰਚਾ ਵੀ ਦੋਨਾਂ ਦੇ ਹੀ ਦਿੱਤਾ ਜੀ? ਦੋਵਾਂ ਦੇ ਹਾਂ ਜੀ। ਰਿੰਕੂ ਦਾ ਕੀ ਰੋਲ ਸੀਗਾ ਜੀ? ਰਿੰਕੂ ਇਹਦੇ ਨਾਲ ਹੈ ਜੀ, ਇਹਦੇ ਇਕੱਠੀ ਹੈ, ਰੈਸ਼ ਇਕੱਠੀ ਇਹਨਾਂ ਦੀ ਦੋਵਾਂ ਦੇ, ਇੱਕ ਪਾਸੇ ਇੱਕ ਦੂਜੇ ਪਾਸੇ ਇਕੱਠੇ ਗੇਟ ਦੋਵਾਂ ਦਾ ਇਕੱਠਾ ਹੈ ਜੀ, ਅਤੇ ਇਹਦੇ ਨੂੰ ਨਾਲ ਸੀ ਇਹਦੇ ਜੀ ਬਹਿਸਬਾਜ਼ੀ ਕਰਨ 'ਚ ਜੀ, ਬਹਿਸਬਾਜ਼ੀ ਕਰਨ ਦੇ ਚੱਕਰ 'ਚ। ਹਾਂ ਜੀ, ਸ਼ਹਿਰ ਦੇ ਰਿਹਾ ਸੀ ਉਹ? ਹਾਂ ਜੀ, ਸ਼ਹਿਰ ਦੇ ਰਿਹਾ ਸੀ। ਹਾਂ ਜੀ, ਸ਼ਹਿਰ ਦੇ ਰਿਹਾ ਸੀ ਜੀ, ਤਾਂ ਇਹਨੂੰ ਬਹਿਸਬਾਜ਼ੀ ਕਰਦਾ ਸੀ, ਨਾਲ ਸ਼ਹਿਰ ਦੇ ਰਿਹਾ ਵੀ ਹਾਂ, ਰੁਕਾਵਟ ਪਾ ਰਿਹਾ ਜੀ ਕੰਮ 'ਚ, ਡਿਊਟੀ 'ਚ।